ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ, ਪੰਜ ਖੰਡ ਕੀ ਹਨ, ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ ਚ ਕੈਸਾ ਹੋਵੇ, ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ, ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 9875252850। ਜਦੋਂ ਉਹਨਾਂ ਨੇ ਕਿਹਾ ਕੋਈ ਭੇਟਾ ਲੱਗੇਗੀ ਤੇ ਆਪਣੇ ਮਨ ਚ ਹੀ ਸੋਚਿਆ ਕੋਈ ਸਕੂਲ ਚੱਲਦੇ ਹੋਣੇ ਆ, ਕੋਈ ਹਸਪਤਾਲ ਚੱਲਦੇ ਹੋਣੇ ਮਹਾਂਪੁਰਸ਼ਾਂ ਦੇ, ਕੋਈ ਕਾਰ ਸੇਵਾ, ਕੋਈ ਹੋਰ ਕਾਰਜ ਚੱਲ ਰਹੇ ਹੋਣੇ ਤੇ ਬਹੁਤਾ ਕਹਿਣਗੇ ਸੇਵਾ ਭੇਟਾ ਦਾ ਤੇ 50,000 ਦੇ ਦਾਂਗੇ। ਸੋਚਿਆ ਬਾਬਾ ਈਸ਼ਰ ਸਿੰਘ ਜੀ ਸਟੇਜ ਤੇ ਬੈਠੇ ਬੈਠੇ ਕਹਿੰਦੇ ਬਖਸ਼ਿਸ਼ਿਆ ਜਿੰਨੀ ਭੇਟਾ ਤੂੰ ਸੋਚੀ ਹੈ ਥੋੜੀ ਹੈ। ਮੈਂ ਤਾਂ ਬੋਲਿਆ ਹੀ ਨਹੀਂ, ਮੈਂ ਤੇ ਬੋਲਣ ਚ ਲਿਆਂਦਾ ਹੀ ਨਹੀਂ, ਮੈਂ ਤਾਂ ਫੁਰਨਾ ਹੀ ਬਣਾਇਆ 50,000 ਦਾ। ਮੈਂ ਤਾਂ ਬੋਲਿਆ ਹੀ ਨਹੀਂ ਵੀ ਕੀ ਕਹਿ ਰਹੇ, ਜਿਹੜੀ ਭੇਟਾ ਸੋਚੀ ਥੋੜੀ ਹੈ ਤੇ ਮਨ ਜੀ ਕਹਿੰਦਾ। ਕਹਿੰਦਾ ਚੱਲ ਕੀ ਯਾਦ ਕਰਨਗੇ, ਦੁੱਗਣੀ ਕਰ ਦਿਆਂਗੇ। ਆਪਣੇ ਮਨ ਚ ਸੋਚਿਆ ਵੀ 50 ਨੂੰ ਦੁੱਗਣਾ ਕਰ ਦਾਂਗੇ 1,00,000। ਤੇ ਸਟੇਜ ਤੇ ਬੈਠੇ ਹੀ ਮਹਾਂਪੁਰਸ਼ ਕਹਿੰਦੇ ਬਖਸ਼ਿਸ਼ਿਆ ਭਾਵੇਂ ਤੂੰ ਦੂਣੀ ਕਰਦੀ ਏ ਪਰ ਤਾਂ ਵੀ ਥੋੜੀ ਏ। ਕਹਿੰਦਾ ਮੈਂ ਤਾਂ ਬੋਲਿਆ ਹੀ ਨਹੀਂ, ਮੈਂ ਤੇ ਅੰਦਰ ਹੀ ਸੋਚਿਆ ਦੂਣੀ ਕਰ ਦਿਆਂਗੇ। ਕਹਿੰਦਾ ਮਹਾਂਪੁਰਸ਼ ਤੁਸੀਂ ਦੱਸ ਦਿਓ ਕਿੰਨੀ ਭੇਟਾ ਹੈ। ਆ ਵੱਡੀ ਬਾਜ਼ ਏ ਬਾਬਾ ਈਸ਼ਰ ਸਿੰਘ ਜੀ ਭਰੀ ਸੰਗਤ ਚ ਕਹਿੰਦੇ 2-3 ਦਿਨ ਕਹਿੰਦੇ ਹੋਰ ਦੀਵਾਨ, ਆਪਾਂ 4 ਦਿਨ ਦੀਵਾਨ ਲਾਵਾਂਗੇ ਬਖਸ਼ਿਸ਼ਿਆ ਆ ਭੇਟਾ ਦੇ ਦੇ, ਆ ਭੇਟਾ ਦੇ ਦੇ ਕਿ ਜਿਹੜਾ ਖੀਰਲੇ ਦਿਨ ਅੰਮ੍ਰਿਤ ਸੰਚਾਰ ਹੋਣਾ ਤੂੰ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲਾ ਬਣ ਜਾ। ਜਿਹਨਾਂ ਸੰਗੀਆਂ ਨੇ ਉਹ ਸਮਾਂ ਵੇਖਿਆ ਕਹਿੰਦੇ ਉਹ ਬਖਸ਼ੀ ਸਿੰਘ ਫੁੱਟ ਫੁੱਟ ਰੋ ਪਿਆ। ਕਹਿੰਦਾ ਜੀ ਸਾਰੇ ਮਹਾਂਪੁਰਸ਼ ਸਤਿਕਾਰਯੋਗ ਨੇ ਪਰ ਅੱਜ ਤੱਕ ਕੋਈ ਵੀ ਆਇਆ ਉਹਦੀ ਅੱਖ ਮੇਰੀ ਮਾਇਆ ਤੇ ਰਹੀ ਏ। ਤੁਸੀਂ ਪਹਿਲੇ ਮਹਾਂਪੁਰਸ਼ ਹੋ ਜਿਨ੍ਹਾਂ ਨੇ ਮੇਰੇ ਜੀਵਨ ਤੇ ਅੱਖ ਰੱਖੀ। ਜੀਵਨ ਜਿਹੜੇ ਅੰਕੜੇ ਮਿਲਦੇ ਨੇ ਅੰਕੜੇ ਕਹਿੰਦੇ 2800 ਦੇ ਕਰੀਬ, ਕਿਉਂਕਿ ਉਹਦਾ ਪ੍ਰਭਾਵ ਬੜਾ ਸੀ। ਜਿੰਨੇ ਅੱਗੋਂ ਡਰਾਈਵਰ, ਜਿੰਨੇ ਹੋਰ ਟਰਾਂਸਪੋਰਟਰ, ਜਿੰਨੇ ਹੋਰ ਸਰੀਰ, 2800 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਆ ਦਇਆ ਹੈ ਕਿ ਮਹਾਂਪੁਰਸ਼ ਕਿਸੇ ਦੇ ਜੀਵਨ ਬਣਾਉਣ ਦੀ ਗੱਜ ਕੇ ਆਖੋ ਸਤਨਾਮ। ਬਲਹਾਰੀ ਤਿੰਨਾ ਗੁਰਸਿੱਖਾਂ, ਓ ਬਲਹਾਰੀ ਬੋਲੋ ਭੈਣੋ ਬਲਿਹਾਰੀ। ਆਪ ਤਰੇ ਤਾਰੇਨ ਸਾਰੀ ਠਾਂ, ਆਪ ਤਰੇ ਤਾਰੇਨ ਸਾਰੀ ਸਾਰੀ ਠਾਂ। ਕਹਿੰਦੇ ਜਗਤ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਹੜੇ ਆਪ ਵੀ ਤਰੇ ਨੇ ਤੇ ਜਗਤ ਨੂੰ ਤਾਰਨ ਦੀਆਂ ਡਿਊਟੀਆਂ ਗੱਜ ਕੇ ਆਖੋ ਸਤ। ਪੰਜਵੀਂ ਦਇਆ ਬਲਿਹਾਰੀ ਗੱਜ ਕੇ ਭੈਣੋ। ਇੱਕ ਤੁਸੀਂ ਨਾਂ ਸੁਣਿਆ
संत बाबा करम सिंह जी होती मरदान आले जम्मू दा महाराजा प्रताप सिंह दर्शन करन आया। बाबा करम सिंह होती मरदान वाले इन्नी कमाई वाले महापुरश होए ने कि उन्होंने अंकड़िया तो पता लगता 101 ब्रह्म ज्ञानी उन्होंने पैदा किए। आखो सतनाम कितनी कमाई हुई कि उन्हां दी संगत करन वालियां चों तकरीबन 101 ब्रह्म नूं पहुंचे। गज के आखो सतनाम जिहदी महिमा गुरु अर्जन देव जी ने कीती। मन साचा मुख साचा सोए अवर ना पिखे एक बिन कोए नानक ए लक्षण ब्रह्म ज्ञानी। इन्हां दे चरणां च आया जी जम्मू दा महाराजा प्रताप सिंह। ਇਹਦੇ ਔਲਾਦ ਨਹੀਂ ਸੀ ਤੇ ਬਿਮਾਰੀ ਲਿਖੀ ਨਹੀਂ, ਕੋਈ ਸਰੀਰ ਨੂੰ ਬਿਮਾਰੀ ਸੀ ਉਹਦੇ ਤੋਂ ਪੀੜਤ ਸੀ। ਆ ਦੋ ਘਾਟਾਂ ਸਨ, ਔਲਾਦ ਵੀ ਨਹੀਂ ਸੀ ਤੇ ਸਰੀਰ ਕਰਕੇ ਕੋਈ ਬਿਮਾਰੀ ਲੱਗੀ ਸੀ। ਜੰਮੂ ਦਾ ਮਹਾਰਾਜਾ ਪ੍ਰਤਾਪ ਸਿੰਘ ਪੀੜਤ ਸੀ ਤੇ ਜਦੋਂ ਆ ਕੇ ਦੋਵੇਂ ਬੇਨਤੀਆਂ ਕੀਤੀਆਂ ਕਿਹੜੀ ਵੱਡੀ ਗੱਲ ਸੀ। तीन क महीने विधि दिती, नेम दिता, जिक्र लिखे है कि दोवें कृपा हो गई, औलाद की भी कृपा हो गई तो शरीर करके पीड़ित सी वो रोग भी निवृत्त हो गया। मैं हैरान हो गया पढ़ के, थाली दे विच हुण महाराजा सी प्रताप सिंह जम्मू दा ते थाली विच पता नहीं किन्नी माया ते उत्ते तौलिया पाया। हुण ओह थाली च लख सी के दो लख सी, उस समय दा लख भी बहुत। हुण जिहड़े राजे दे घर औलाद हो गई होवे ते पीड़त होवे किसे बीमारी तो, ओह भी रोग राजी हो गया होवे, उहदे लई लख दो दा की गल। कहिंदे थाली च माया पाई, उत्ते कपड़ा पाया होया ते जदों शुकराने विच लै के आया महापुरशो दोने कृपा हो गई है ते आ भेटा लिया है। आ जे वेखो दया पंजवी, बाबा करम सिंह जी होती मरदान आले कहिंदे आ भेटा नहीं चाहीदी थाली आली, सानू आ भेटा दे तेरा नितनेम किन्ना है। आखो साधना बाबा करम सिंह होती मरदान आले कहिंदे सानू आ भेटा दे तेरा नितनेम किन्ना है। जम्मू दा महाराजा प्रताप सिंह ने एक उंगल उत्ते चुकी, कहिंदे जी एक घंटा गुरु नानक सेवा लै लै, इंज थाली नूं सोटी ला के ना कहिंदे आ थाली लै जा माया वाली, जे दोवें झोलियां भरियां औलाद भी हो गई है बीमारी तो पीड़ित सैं वह भी जे राजी हो गए हैं आ थाली लै जा, आ भेटा नहीं चाहीदी साडी झोली च, आ भेटा पा दे जिहड़ा एक उंगल उत्ते चुकी हूं ना, हुण जदों आवें तैनूं पुछीए ते तू दो उंगलां चुके। तेनू असी पुछया नितनेम कहना तू एक उंगल चुकी भी एक घंटा, ते बाबा करम सिंह होती मरदान आले कहिंदे दूणा कर दे दो घंटे कर दे, आ भेटा नहीं चाहीदी आ भेटा चाहीदी है नितनेम वधा दे। ये नितनेम की भेटा क्यों मंगी है कि जिहड़ियां दोवें दातां तेरी झोली च पईआं ने ये सुखदाई भी हो सकदियां ते दुखदाई भी हो सकदियां, पर जे नितनेम वधा देंगा ते दुखदाई नहीं होणगियां सुखदाई होणगियां। हुण कई जगह पुत्र दुखदाई हो जाए, मकान दुखदाई हो जाए, इतने बना हो बलिहारी तेना सिख
सिमरो सिमर सिमर सुख पावो सिमरो सिमर सिमर सुख पावो आप जपो अवर नाम जपावो पावो बलगारी इतना गुर सिखा आप तरे तारन सरखा जिसनु दयाल हुए मेरा स्वामी तिस गुर सिख गुर उपदेश सुनावे जिनु पंजवी दया मिल जाए जन नानक धूड़ मंगे तिस गुर सिख की जो आप जपे अवर बलनारी तेना गुर सिखा बलनारी तेना गुर सिखा हां जी बल्ले हारी गुर सिखा बल्ले हारी गुर सिखा गज के भैणो जेकर ते तुसी अगे भी सुनया संत जवाहर सिंह जी मिठे टवाने वाले किसी ने कहता जी घर प्रशादा छको कहिंदे भेटा लगेगी कहिंदे जी कोई गल नहीं समा रख लिया अठ के नौ सेवादार नाल संत जवाहर सिंह जी मिठे टवाने पंगत लग गई थालियां अगे आ गई प्रशादा वंडन लगे उन्हें रोकता कि जिन्हें प्रशादा रखे ओदा नाम सुजान सिंह आया सुजान सिंह संत जवाहर सिंह कहते रुक जाओ भाई कहना महापुरशो वर्तमान दो कहते तेनों शर्त की सी भेटा वो किड्डा दिमागी जेब चो चैक कढ़िया अगे तैयार रखिया सी चेक ते साइन कीते हुए ते रकम नहीं भरी उन्हां दी थाली दे विच ना वो चेक रखता प्रशादे दी जगह थाली च चेक रखता कहिंदा महापुरशो प्रशादा छको राम नाल ए चेक पा लो जेब च साइन करते ने रकम खाली है जिन्नी चित करेगा भर लेना बेटा कह रहे हो एक जागृति लियाओ कहते संत जवाहर सिंह जी मिठे टमाने वाले ने ए चेक फड़िया दो टोटे चार टोटे अठ टोटे सोलह बत्ती चौंह चेक चाहिए संत जवाहर सिंह जी कहन लगे आ भेटा चाहिए दस तेरा नितनेम किन्ना है आखो सतनाम वो अगों दोवें हाथ इंज करके कहता कहता जी नितनेम की होंदा मैं तो पता ही नहीं महापुरुष कहते किन्नी बाणी पढ़द पांच बाणियां पढ़द छेवी रास साहब पढ़द सोहला साहब पढ़द सुमनी साहब पढ़द किन्ने पाठ जपजी साहब दे करद कहिंदा जी मेरे को तो समा ही नहीं खलेरा ही है महापुरुष कहते आप भेटा दे फिर की नितनेम करेगा वचन दे छकांगे कहिंदा जी प्रशादा छक लो भी मैं नितनेम करदा ही नहीं मैं तो पता ही नहीं नितनेम की इहो जी दुनिया हैगी ए संत जवाहर सिंह जी मिठे टवाने वाले महापुरुष कहण लगे फिर बचन कर एक पाठ सुखमनी साहब जी का रोज करना
ਇੱਥੋਂ ਸ਼ੁਰੂ ਹੋ। ਜਦੋਂ ਕਿਹਾ ਨਾ ਇੱਕ ਪਾਠ ਸੁਖਮਨੀ ਸਾਹਿਬ ਦਾ, ਅੱਗੋਂ ਲਮਕਾ ਕੇ ਕਹਿੰਦਾ, ਕਹਿੰਦਾ ਜੀ ਇੱਕ ਪਾਠ ਸੁਖਮਨੀ ਸਾਹਿਬ ਪੂਰਾ। ਕਹਿੰਦਾ ਜੀ ਮੈਂ ਨਹੀਂ ਕਰ ਸਕਦਾ, ਪ੍ਰਸ਼ਾਦਾ ਛਕਣਾ ਛਕੋ, ਨਹੀਂ ਛਕਣਾ ਨਾ ਛਕੋ। ਮੈਂ ਪਾਠ ਸੁਖਮਨੀ ਸਾਹਿਬ ਏਡਾ ਵੱਡਾ ਪਾਠ, ਕਹਿੰਦਾ ਮੈਂ ਇੱਕ ਪਾਠ ਰੋਜ਼ ਮੈਂ ਨਹੀਂ ਕਰ ਸਕਦਾ। ਇਹ ਜਿਕਰ ਲਿਖਿਆ ਮਹਾਂਪੁਰਸ਼ ਉੱਠ ਪਏ, ਥਾਲੀਆਂ ਲੱਗੀਆਂ, ਵੇਖੋ ਪ੍ਰਸ਼ਾਦੇ ਪੜ੍ਹੇ, ਸਬਜ਼ੀ ਪੜ੍ਹੀ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਨ ਸਰਿੱਠਾਂ ਸ੍ਰਿਸ਼ਟੀ ਜਗਤ। ਜਿਹੜੇ ਆਹ ਡਿਊਟੀਆਂ ਨੇ ਬਣਾਈਆਂ, ਜਦੋਂ ਉੱਠ ਪਏ ਮਨ ਨੂੰ ਤਾਂ ਵੱਜਦਾ ਹੀ ਹੈ, ਮਾੜਾ ਜਿਹਾ ਵੱਜਿਆ ਪਰ ਇਹ ਨਹੀਂ ਕਿਹਾ ਰੁਕ ਜਾਓ। ਸਾਖੀ ਚ ਲਿਖਿਆ ਕਿ ਘਰ ਵਾਲੀ ਸਿਆਣੀ ਸੀ, ਸੁਲਝੀ ਸੀ। ਘਰ ਵਾਲੀ ਨੇ ਪੈਰ ਫੜ ਲਏ ਘਰ ਵਾਲੇ ਦੇ, ਸੁਜਾਨ ਸਿੰਘ ਆਪਣੇ ਘਰ ਵਾਲੇ ਦੇ ਪੈਰ ਫੜ ਲਏ ਤੇ ਕੀ ਆਖਿਆ, ਇੱਕ ਪਾਠ ਸੁਖਮਨੀ ਸਾਹਿਬ ਦਾ ਤਾਂ ਬਚਨ ਨਹੀਂ ਦਿੰਦੇ ਵੀ ਘੰਟਾ ਲੱਗ ਜਾਏਗਾ, ਤਾਂ ਬਚਨ ਨਹੀਂ ਦਿੰਦੇ ਕਿ ਟਾਈਮ ਨਹੀਂ ਖਲੇਰੇ ਇਹਨੇ ਨੇ, ਰੁਝੇਵਾ ਇੰਨਾ ਕਾਰੋਬਾਰ ਦਾ ਖਲੇਰਾ ਇੰਨਾ, ਟਾਈਮ ਨਹੀਂ ਤਾਂ ਕਹਿੰਦੇ ਪਏ ਹੋ। ਉਹ ਘਰ ਵਾਲੀ ਅੱਗੋਂ ਕੀ ਕਹਿੰਦੀ, ਮੈਂ ਆਪਣੇ ਪੇਕਿਆਂ ਤੋਂ ਮਾਂ ਬਾਪ ਤੋਂ ਜਿੰਨੀ ਮੇਰੀ ਉਮਰ ਹੈ ਮੈਂ ਇੱਕ ਸਮਤ ਲਈ ਹੈ ਕਿ ਮਾਂ ਪੁਰਸ਼ ਰੁੱਸ ਕੇ ਚਲੇ ਜਾਵੇ ਤੇ ਪਦਾਰਥ ਵੀ ਨਾਲ ਹੀ ਚਲੇ ਜਾਵੇ। ਸੰਤਾਂ ਨਾਲ ਮਸ਼ਕਰੀ ਕੁੱਲ ਡੋਬਣ ਕੀ ਰੀਤ, ਗੱਜ ਕੇ ਆਖੋ ਸਤਨਾਮ। ਪ੍ਰਸੰਨਤਾ ਹੀ ਚੰਗੀ ਹੈ, ਨਿਤਨੇਮ ਤੇ ਇਸ ਵਾਸਤੇ ਨਹੀਂ ਨਾ ਵਚਨ ਕਰ ਰਹੇ ਵੀ ਖਲੇਰੇ ਜ਼ਿਆਦਾ, ਜੇ ਖਲੇਰਾ ਹੀ ਨਾ ਰਿਹਾ ਆਪ ਹੀ ਨਾ ਰਹੇ, ਧੰਦਾ ਹੀ ਨਾ ਰਿਹਾ ਤੇ ਫਿਰ ਕਾਰੋਬਾਰ ਹੀ ਨਾ ਰਿਹਾ। ਜਿਹਨੇ ਦਿੱਤੇ ਨੇ ਉਹਦੇ ਲਈ ਸਮਾਂ ਨਹੀਂ, ਜੇ ਉਹਨੇ ਕਾਰੋਬਾਰ ਹੀ ਲੈ ਲਏ ਫਿਰ। ਪੈਰ ਫੜ ਲਏ, ਸਿਆਣੀ ਸੀ ਸੁਲਝੀ ਸੀ, ਸਮੇਂ ਨੂੰ ਸੰਭਾਲਣਾ ਚਾਹਿਆ ਕਿ ਮਹਾਂਪੁਰਸ਼ ਇੰਜ ਪ੍ਰਸ਼ਾਦਾ ਵਿੱਚ ਛੱਡ ਕੇ ਚਲੇ ਜਾਣ, ਕੀ ਕਰੋਗੇ ਖਲੇਰਿਆਂ ਨੂੰ, ਇਹ ਘੱਟ ਪੈ ਗਏ। ਫਿਰ ਕਹਿੰਦੇ ਐਸਾ ਮਨ ਤੇ ਅਸਰ ਹੋਇਆ ਕਿ ਮਹਾਂਪੁਰਸ਼ੋ ਮੈਂ ਇੱਕ ਪਾੜ ਸੁਖਮਨੀ ਸਾਹਿਬ ਜੀ ਦਾ ਰੋਜ਼ ਹਾਜ਼ਰੀ ਲਾਵਾਂਗਾ, ਕਿਰਪਾ ਕਰੋ ਪ੍ਰਸ਼ਾਦਾ ਛੱਕ ਕੇ। ਆ ਜੇ ਪੰਜਵੀਂ ਦਇਆ ਕਿਸੇ ਟੁੱਟੇ ਨੂੰ ਜੋੜ ਦੇਣਾ, ਗੱਜ ਕੇ ਆਖੋ ਸਤਨਾਮ। ਅੱਜ ਤੁਸੀਂ ਨਾਂ ਸੁਣਿਆ ਹੋਵੇਗਾ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਇਹਨਾਂ ਦੀ ਕਿਤਾਬ ਲਿਆ ਕੇ ਪੜ੍ਹਿਓ ਸੇਕ ਨੇਹਿਆ। ਉਹਦੇ 'ਚ ਇੱਕ ਜ਼ਿਕਰ ਹੈ ਬੜਾ ਪਿਆਰਾ, ਬਲਿਹਾਰੀ ਤਿੰਨਾਂ ਸਿੱਖਾਂ ਗੱਜ ਕੇ ਭੈਣੋ, ਬਲਿਹਾਰੀ ਤਿੰਨਾਂ ਸਿੱਖਾਂ, ਬਲਿਹਾਰੀ ਤਿੰਨਾਂ ਸਿੱਖਾਂ, ਬਲਿਹਾਰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਇਹਨਾਂ ਦੇ ਵੇਲੇ ਬਾੜੀ ਸ਼ਹਿਰ ਹੈ, ਕਠੇਰੂਆ ਨਗਰ ਹੈ ਕੋਈ, ਉੱਥੇ ਇੱਕ ਡਾਕਟਰ ਸੀ, ਉਹਦਾ ਨਾਂ ਆਇਆ ਕਰਤਾਰ ਸਿੰਘ। ਦਵਾਈ ਦਿੰਦਾ ਸੀ ਲੋਕਾਂ ਨੂੰ, ਹੁਣ ਜਰਾ ਧਿਆਨ ਨਾਲ ਸੁਣਿਓ। ਇਹ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਵਾਲੇ ਸਮਾਂ, ਸ਼ਹਿਰ ਦਾ ਨਾਂ ਕੋਈ ਬਾੜੀ ਸ਼ਹਿਰ ਕਠੇਰੂਆ ਨਗਰ। ਇਹ ਕਰਤਾਰ ਸਿੰਘ ਹੋਇਆ ਤੇ ਦਵਾਈ ਦੇਣੀ, ਜਿਹਨੂੰ ਦਵਾਈ ਦੇਣੀ ਨਾਲ ਪ੍ਰਚਾਰ ਕੀ ਕਰਨਾ ਕਿ ਰੱਬ ਹੈ ਹੀ ਨਹੀਂ, ਆਖੋ ਸਤਨਾਮ। ਹਾਂ, ਕੋਈ ਰੱਬ ਨਹੀਂ, ਕੋਈ ਪਰਮੇਸ਼ਰ ਨਹੀਂ, ਜੋ ਮਰਜ਼ੀ ਕਰੋ ਖਾਓ।
ਘੋੜੇ ਤੋਂ ਘੋੜਾ, ਖੋਤੇ ਤੋਂ ਖੋਤਾ, ਬੰਦੇ ਤੋਂ ਬੰਦਾ, ਰੱਬ ਕੋਈ ਨਹੀਂ। ਆ ਵੇਖ ਲੋ, ਇੱਕ ਉਹ ਨੇ ਕਿ ਮਾਇਆ ਨੂੰ ਲੱਤ ਮਾਰ ਕੇ ਜੀਵਨ ਬਣਾ ਰਹੇ ਆ, ਇੱਕ ਉਹ ਨੇ ਕਿ ਜੁੜਿਆਂ ਨੂੰ ਤੋੜਦੇ ਪਏ। ਹੁਣ ਕਿੰਨਿਆਂ ਨੂੰ ਰੋਜ਼ ਤੋੜਦਾ ਹੋਏਗਾ, ਰੱਬ ਨਹੀਂ ਹੈਗਾ ਜੋ ਮਰਜ਼ੀ। ਆ ਗਿਆ ਤਰਸ, ਬਾਬਾ ਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਚਲੇ ਗਏ ਇਹਦੇ ਕੋਲ, ਜਦੋਂ ਕੁਰਸੀ ਤੇ ਬੈਠੇ ਤੇ ਅੱਗੋਂ ਕਹਿੰਦਾ ਜੀ ਕੀ ਤਕਲੀਫ ਹੈ ਦੱਸੋ, ਸਤਨਾਮ ਤੁਹਾਨੂੰ ਕੀ ਤਕਲੀਫ ਹੈ, ਕਿਹੜੀ ਦਵਾਈ ਦਿਆਂ, ਤਕਲੀਫ ਦੱਸੋ। ਬਾਬਾ ਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅੱਗੋਂ ਕਹਿੰਦੇ ਅਸੀਂ ਦਵਾਈ ਲੈਣ ਨਹੀਂ ਆਏ, ਤੈਨੂੰ ਦੇਣ ਆਏ, ਤਕਲੀਫ ਕੋਈ ਨਹੀਂ। ਤੂੰ ਦਿਹਾੜੀ ਦੇ ਪੰਜ ਦਸ ਸਰੀਰ ਰੋਜ਼ ਤੋੜਦਾ ਕਿ ਰੱਬ ਹੈ ਹੀ ਨਹੀਂ, ਕਈ ਵਾਰੀ ਜ਼ਿਆਦਾ ਵੀ ਤੋੜਦੇ, ਨਾਲ ਹੀ ਸ਼ੁਰੂ ਹੋ ਗਿਆ ਜੋ ਉਹਨੇ ਪੜ੍ਹਾਈ ਕੀਤੀ ਹੋਣੀ ਹੈ ਕਿ ਦੱਸੋ ਕੀ ਸਬੂਤ ਹੈ ਰੱਬ ਹੈਗਾ, ਦਿਖਾਓ ਰੱਬ ਕਿੱਥੇ, ਦੱਸੋ ਰੱਬ ਦੀ ਕੀ ਆਉਂਦ ਹੈ। ਜਿਹੜਾ ਰੱਬ ਦਰਸ਼ਨ ਹੀ ਨਹੀਂ ਦਿੰਦਾ, ਜਿਹੜਾ ਰੱਬ ਨਜ਼ਰ ਹੀ ਨਹੀਂ ਆਉਂਦਾ, ਅਸੀਂ ਕਿਵੇਂ ਮੰਨ ਲਈਏ ਰੱਬ ਹੈਗਾ। ਸ਼ੁਰੂ ਹੋ ਗਿਆ ਉਹ ਕਰਤਾਰ ਸਿੰਘ ਸਰੀਰ, ਉਹ ਰੱਬ ਨਜ਼ਰ ਹੀ ਨਹੀਂ ਆ ਰਿਹਾ, ਕਿਵੇਂ ਕਹਿ ਦਈਏ ਰੱਬ, ਉਹਦੀ ਕੋਈ ਹੋਂਦ, ਉਹਦਾ ਕੋਈ ਨਜ਼ਰ ਆਉਣਾ। ਤੇ ਬਾਬਾ ਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜ਼ਿਕਰ ਮਿਲਦਾ ਕਿ ਉਹਦੀ ਨਾ ਦਵਾਈਆਂ ਦਿੰਦਾ ਸੀ ਨਾ, ਤੇ ਜਿਹੜੀ ਦਵਾਈ ਦੀ ਡੱਬੀ ਸੀ ਨਾ ਕੁਨੈਨ ਦੀਆਂ ਗੋਲੀਆਂ ਦੀ, ਉਹ ਚੁੱਕ ਲਈ। ਕਹਿੰਦੇ ਡਾਕਟਰ ਸਾਹਿਬ ਆ ਗੋਲੀ ਕਿਹੜੀ ਹੈ ਜੀ, ਕਹਿੰਦਾ ਕੁਨੈਨ ਦੀ, ਇਹਦੇ ਨਾਲ ਕੀ ਹੁੰਦਾ, ਕਹਿੰਦੇ ਨੀਂਦਰ ਆਉਂਦੀ। ਤੇ ਬਾਬਾ ਰਨਾਮ ਸਿੰਘ ਜੀ ਕਹਿੰਦੇ ਨਜ਼ਰ ਗੋਲੀ ਆ ਰਹੀ ਹੈ, ਨੀਂਦਰ ਤੇ ਨਹੀਂ ਨਜ਼ਰ ਆ ਰਹੀ। ਕਹਿੰਦੀ ਆਖੋ ਸਤਨਾਮ, ਨਜ਼ਰ ਤਾਂ ਗੋਲੀ ਆ ਰਹੀ ਹੈ ਪਰ ਨੀਂਦਰ ਵਿੱਚ ਛੁਪੀ ਹੋਈ ਹੈ। ਫਿਰ ਕਹਿੰਦੇ ਖੰਡ ਦੀ ਮਿਸਾਲ ਦਿੱਤੀ, ਕਹਿੰਦੇ ਖੰਡ ਨਜ਼ਰ ਆਉਂਦੀ ਹੈ, ਮਿੱਠਾ ਤਾਂ ਨਹੀਂ ਨਜ਼ਰ ਆਉਂਦਾ, ਖਾਓ ਤਾਂ ਪਤਾ ਲੱਗਦਾ ਛੁਪਿਆ ਹੋਇਆ ਵਿੱਚ ਮਿੱਠਾ। ਲੂਣ ਨਜ਼ਰ ਆਉਂਦਾ, ਖਾਓ ਤਾਂ ਪਤਾ ਲੱਗਦਾ ਲੂਣ ਇਹਦੇ ਛੁਪਿਆ ਹੋਇਆ। ਦੁੱਧ ਨਜ਼ਰ ਆਉਂਦਾ ਪਰ ਘਿਓ ਵਿੱਚ ਛੁਪਿਆ ਹੋਇਆ। ਲੱਕੜੀ ਨਜ਼ਰ ਆਉਂਦੀ ਪਰ ਅਗਨ ਛੁਪੀ ਹੋਈ ਹੈ, ਤੀਰ ਮਾਰਿਆ। ਇਸੇ ਤਰ੍ਹਾਂ ਹੀ ਰੱਬ ਵੀ ਘੱਟ ਘੱਟ ਵਿੱਚ ਛੁਪਿਆ ਹੋਇਆ ਹੈ, ਨਜ਼ਰ ਉਦੋਂ ਆਉਂਦਾ, ਸੁਣਿਓ ਜਿਹੜੇ ਲਫ਼ਜ਼ ਮੈਂ ਪੜ੍ਹੇ। ਬਾਬਾ ਰਨਾਮ ਸਿੰਘ ਜੀ ਉਸ ਕਰਤਾਰ ਸਿੰਘ ਨੂੰ ਕਹਿੰਦੇ, ਡਾਕਟਰ ਨੂੰ ਕਹਿੰਦੇ, ਰੱਬ ਵੀ ਘੱਟ ਘੱਟ ਵਿੱਚ ਛੁਪਿਆ ਪਰ ਨਜ਼ਰ ਉਹਨੂੰ ਆਉਂਦਾ ਜਿਹਨੂੰ ਭਗਤੀ ਰੂਪੀ ਐਨਕ ਲੱਗ ਜਾਵੇ। ਗੱਜ ਗਿਆ ਕੋ ਸਤਨਾਮ, ਜੇ ਰੱਬ ਵੇਖਣਾ ਤੇ ਭਗਤੀ ਰੂਪੀ ਐਨਕ ਲਾ। ਕਹਿੰਦੇ ਇਹੋ ਜਿਹਾ ਅਸਰ ਹੋਇਆ ਮਨ ਤੇ, ਖੰਡ ਵਿੱਚੋਂ ਮਿੱਠਾ ਨਜ਼ਰ ਨਹੀਂ ਆ ਰਿਹਾ ਪਰ ਛੁਪਿਆ ਹੋਇਆ, ਲੱਕੜੀ ਚ ਅੱਗ ਨਜ਼ਰ ਨਹੀਂ ਆ ਰਹੀ ਛੁਪੀ, ਦੁੱਧ ਚ ਘਿਓ ਨਜ਼ਰ ਨਹੀਂ ਆ ਰਿਹਾ, ਰੱਬ ਵੀ ਘੱਟ ਘੱਟ ਚ ਨਜ਼ਰ ਉਹਨੂੰ ਆਉਂਦਾ ਜਿਹਨੂੰ ਭਗਤੀ ਰੂਪੀ ਐਨਕ ਲੱਗ ਜਾਏ। ਆਖੋ ਸਤਨਾਮ, ਘੱਟ ਘੱਟ ਮੈਂ ਹਰ ਜੂ। ਕਹਿੰਦੇ ਉਹ ਮਨਮੁਖ, ਉਹ ਸਰੀਰ ਉਸ ਦਿਨ ਤੋਂ ਬਾਅਦ ਰੱਬ ਦੀ ਹੋਂਦ ਨੂੰ ਮੰਨਣ ਲੱਗ ਪਿਆ। ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ ਅੱਜ ਅਸੀਂ ਸਭ ਤੋਂ ਜ਼ਿਆਦਾ ਕਮਾਈ ਕੀਤੀ। ਗੱਜ ਕੇ ਆਖੋ ਸਤਨਾਮ, ਅੱਜ ਸਭ ਤੋਂ ਜ਼ਿਆਦਾ ਖੱਟਿਆ। ਕਿ ਇੱਕ ਹੁੰਦਾ ਬੰਦਾ ਆਪ ਟੁੱਟਿਆ, ਇੱਕ ਦੂਜਿਆਂ ਨੂੰ ਤੋੜਨ ਵਾਲਾ, ਅੱਜ ਉਹ ਵੀ ਜੁੜ ਗਿਆ। ਗੱਜ ਕੇ ਆਖੋ ਸਤਨਾਮ, ਇਹ ਪੰਜਵੀਂ ਦਇਆ। ਤੁਸੀਂ ਕਹੋਗੇ ਵੀ ਪੰਜਵੀਂ ਦਇਆ ਟੁੱਟੇ ਨੂੰ ਜੋੜਨਾ, ਅਸੀਂ ਕਿਵੇਂ, ਇਹ ਸਭ ਜਿੰਨੇ ਗ੍ਰਿਸ਼ਤੀ ਬੈਠੇ ਹੋ ਤੁਸੀਂ ਵੀ ਪੰਜਵੀਂ ਦਇਆ ਨਿਭਾ ਸਕਦੇ ਹੋ, ਜੇ ਤੁਹਾਨੂੰ ਕੀਰਤਨ ਆਉਂਦਾ ਤੇ ਹੋਰਨਾਂ ਨੂੰ ਸਿਖਾਓ। ਆਖੋ ਸਤਨਾਮ, ਜੇ ਬਾਣੀ ਸ਼ੁੱਧ ਹੈ ਤੇ ਮੈਂ ਕਹਿੰਦਾ ਇਨਕਲਾਬ ਆ ਜਾਏਗਾ ਮੁਹੱਲੇ ਦੇ, ਦਸ ਦਸ ਪੰਦਰਾਂ ਪੰਦਰਾਂ ਬੱਚੇ ਹੀ ਲੈ ਲਓ, ਹਫ਼ਤੇ 'ਚ ਤਿੰਨ ਦਿਨ ਆ ਜਾਣ ਤੁਹਾਡੇ ਘਰ ਇੱਕ ਘੰਟਾ, ਪੰਜਵੀਂ ਪੌੜੀ ਸੁਣਾਉਣ, ਛੇਵੀਂ ਉਹਨਾਂ ਨੂੰ ਯਾਦ ਕਰਾਓ, ਫਿਰ ਅੱਗੋਂ ਜਦੋਂ ਉਹਨਾਂ ਨੇ ਆਉਣਾ ਛੇਵੀਂ ਸੁਣਾਉਣ, ਸੱਤਵੀਂ ਯਾਦ ਕਰਾਓ। ਇਹ ਵੀ ਟੁੱਟਿਆਂ ਨੂੰ ਜੋੜਨਾ ਅੱਜ ਲੋੜ ਹੈ, ਉਹਨਾਂ ਨੂੰ ਟੋਫੀਆਂ, ਕੋਈ ਪਿਆਰ, ਕੋਈ ਪ੍ਰਸ਼ਾਦ ਕੋਲੋਂ ਦੇ ਦਿਓ। ਇਹ ਪੰਜਵੀਂ ਦਇਆ, ਕਿਸੇ ਟੁੱਟੇ ਨੂੰ ਗੁਰੂ ਨਾਨਕ ਨਾਲ ਜੋੜਨਾ,
پڑھو پیار دے نال سارے کرپا کرو جی پھول مارگ جنے بتایا پھول مارگ جنے بتایا ایسا گورے وڈ پاتی ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ ਮੈਂ ਦੱਸਿਓ ਮਾਰਗ ਸੰਤੋ ਸ਼ਰਧਾ ਦੀਆਂ 11 ਨਿਸ਼ਾਨੀਆਂ 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ ਜੀਵਨ ਸੇਧਾ ਭਾਗ ਪਹਿਲਾ ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98 765 25 850 ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰੂ ਇਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ ਇਸ ਵਿੱਚ ਅਧਿਆਤਮਿਕ ਵਿਚਾਰ ਪੰਜ ਖੰਡ ਕੀ ਹਨ ਨਿਮਰਤਾ ਨਿਰਵੈਰਤਾ ਦਇਆ ਧੀਰਜ ਘੱਟ ਬੋਲਣਾ ਘੱਟ ਖਾਣਾ ਘੱਟ ਸੌਣਾ ਜੀਵਨ ਚ ਕੈਸਾ ਹੋਵੇ ਇਸ ਤੋਂ ਇਲਾਵਾ ਸਵਾਲਨਾਮਾ ਜ਼ਿੰਦਗੀ ਦੀਆਂ ਬਾਰੀਕੀਆਂ ਹੱਡ ਬੀਤੀਆਂ ਬਾਲ ਸਿੱਖਿਆ ਨਿੱਕੀਆਂ ਗੱਲਾਂ ਵੱਡੇ ਅਸਰ ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98 765 25 850